सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। कौड़ी महला पंजवां जो इस मारे सोई सूरा, जो इस मारे सोई पूरा, जो इस मारे तिसे वढियाई, जो इस मारे तिसका दुख जाई, ऐसा कोए जे दुबदा मार घवावे, इसे मार राज जो कमावे, रहाओ जो इस मारे तिसको पहो नाहीं, जो इस मारे सो नाम समाहीं, जो इस मारे तिसकी तिसना बुझे, जो इस मारे सो दरगाह सिजे, जो इस मारे सो धनवंता, जो इस मारे सो पतवंता, जो इस मारे सोई जति, जो इस मारे तिस होवे गति, जो इस मारे तिसका आया गनी, जो इस मारे सोने चल धनी, जो इस मारे सो बड़भागा, जो इस मारे सो अंधन जागा, जो इस मारे सो जीवन मुक्ता, जो इस मारे तिसकी निर्मल जुगता, जो इस मारे सोई तो ज्ञानी, जो इस मारे सो सहज ध्यानी, इस मारी बिन थाए ना परे, कोट कर्म जाप तब करे, इस मारी बिन जन्म न मिटे, इस मारी बिन जमते नहीं छुटे, इस मारी बिन ज्ञान न होई, इस मारी बिन झूठ न धोई, इस मारी बिन सब कुछ मैला, इस मारी बिन सब कुछ जौला, जाको भय कृपाल कृपा निद, तिस पही खलासी होई सगल सिद्ध, गुर दुबदा जाकी यह मारी, कौ नानक सो ब्रह्म विचारी। वाहिगुरु जी का खालसा, वाहिगुरु जी की फतह। परम सत्कार योग सतगुरां दी साजी नवाजी साध संग जीओ, आप जी ने श्री गुरु अर्जन देव जी महाराज दे मुखार बिंद तो उच्चारण कीते हो इस शब्द का पाठ श्रवण किया। इस सारे शब्द के अंदर जो इस मारे, जो इस मारे का वर्णन आ रहा, तो ये साडा ध्यान खिंचदा है कि किसनू मारे, की मारे, क्योंकि पातशाह ने इस ते बड़ा जोर दिता है। और रहाओ दी पंक्ति विच फरमाया है कि ऐसा कोई जे दुबदा मार गवावे, इसे मार राजो कमावे, रहाओ ऐसा कोई, एहो जा कोई विरला मनुख है जे दुबदा मार गवावे। हुण दुबदा शब्द ते आपां सारे जानदे हां, दुबदा दे अखरी अर्थ इको समय मन दा दो पासे विन्या रहना, लगे रहना, दुबदा। इनू दो चितापन भी कहंदे हां, पर इत्थे जो महाराज ने दुबदा दा भाव लिया वो है मेर तेर, क्योंकि सारे संसार दे अंदर जदों देखते हैं
ਅਤੇ ਮੇਰ ਤੇਰ ਦੀ ਬੜੀ ਪ੍ਰਧਾਨਤਾ। ਸਭ ਦੁਨੀਆ ਇਸੇ ਗੱਲ 'ਤੇ ਨਾਰਾਜ਼ ਹੋ ਰਹੀ ਹੈ, ਲੜ ਰਹੀ ਹੈ, ਝਗੜ ਰਹੀ ਹੈ। ਇਹ ਮੇਰਾ ਹੈ, ਇਹ ਤੇਰਾ। ਔਰ ਇਸ ਮੇਰ ਤੇਰ ਨੂੰ ਮਹਾਰਾਜ ਨੇ ਦੁਬਿਧਾ ਦਾ ਨਾਮ ਦਿੱਤਾ। ਇਸ ਦੁਬਿਧਾ ਵਿੱਚ ਪਏ ਹੋਏ ਲੋਕ ਲੜ ਰਹੇ ਨੇ। ਗੁਰਬਾਣੀ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਕਿਸ ਹੀ ਵਾਦ ਘਾਟ ਕਿਸ ਹੀ ਪੈ ਸਗਲੇ ਲਰ ਲਰ ਮੂਆ। ਜਿੱਧਰ ਵੀ ਨਜ਼ਰ ਮਾਰੋ ਇਸੇ ਗੱਲ ਦਾ ਝਗੜਾ ਹੋ ਰਿਹਾ। ਇਹ ਮੇਰਾ ਹੈ, ਇਹ ਤੇਰਾ। ਮੈਨੂੰ ਘੱਟ ਮਿਲਿਆ, ਤੈਨੂੰ ਵੱਧ ਮਿਲਿਆ। ਗੱਲ ਕੀ, ਗੁਰੂ ਮਹਾਰਾਜ ਕਹਿੰਦੇ ਨੇ ਇਸ ਦੁਬਿਧਾ ਨੇ ਇਹ ਸਾਰੇ ਕਲੇਸ਼ ਝਗੜੇ ਪੈਦਾ ਕੀਤੇ। ਐਸਾ ਕੋਏ ਜੇ ਦੁਬਿਧਾ ਮਾਰ ਗਵਾਵੇ, ਇਹੋ ਜਿਹਾ ਕੋਈ ਵਿਰਲਾ ਭਾਗਸ਼ਾਲੀ ਮਨੁੱਖ ਹੈ ਜਿਹੜਾ ਆਪਣੇ ਅੰਦਰੋਂ ਇਸ ਮੇਰ ਤੇਰ ਨੂੰ ਮਾਰ ਕੇ ਗਵਾਵੇ, ਦੂਰ ਕਰੇ। ਇਸੇ ਮਾਰ ਰਾਜ ਜੋ ਕਮਾਵੇ, ਇਸ ਦੁਬਿਧਾ ਨੂੰ ਮੇਰ ਤੇਰ ਨੂੰ ਖਤਮ ਕਰਕੇ, ਖਤਮ ਕਰਨ ਵਾਲਾ ਰਾਜ ਅਤੇ ਜੋ ਇਕੱਠੇ ਹੀ ਕਮਾ ਸਕਦਾ। ਭਾਵ ਉਹ ਗ੍ਰਸਤ ਵਿੱਚ ਰਹਿੰਦਾ ਹੋਇਆ, ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਰਾਜਾ ਅਤੇ ਜੋਗੀ ਹੈ। ਆਓ ਹੁਣ ਪਾਤਸ਼ਾਹ ਦਾ ਇਹਦੇ ਸੰਬੰਧੀ ਜੋ ਵਿਸਥਾਰ ਨਾਲ ਕੀਤਾ ਹੋਇਆ ਵਿਚਾਰ ਹੈ ਉਹਨੂੰ ਸਮਝੀ। ਪਾਤਸ਼ਾਹ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ। ਸੂਰਾ ਦਾ ਮਤਲਬ ਹੈ ਸੂਰਮਾ ਬਹਾਦਰ। ਮੇਰੇ ਤੁਹਾਡੇ ਵਰਗਾ ਕਮਜ਼ੋਰ ਮਨੁੱਖ ਇਸ ਮੇਰ ਤੇਰ ਨੂੰ ਨਹੀਂ ਛੱਡ ਸਕੂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਫਰਮਾਇਆ ਕਿ ਇਸ ਸੰਸਾਰ ਦੇ ਅੰਦਰ ਕੋਈ ਜਾਣੈ ਕਮਨ ਈਆਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਆਖਣਾ ਕੋਈ ਬਿਰਲਾ ਹੈ ਜਿਸ ਨੂੰ ਸਮਝ ਆ ਜਾਏ ਮੇਰਾ ਅਸਲ ਮਿੱਤਰ ਕੌਣ ਹੈ, ਅਤੇ ਜਿਸ ਨੂੰ ਸਮਝ ਆ ਜਾਏ, ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਏ, ਉਹਦੀ ਨਿਰਮਲ ਰੀਤ, ਉਹਦਾ ਵੇ ਆਫ ਲਾਈਫ, ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ, ਉਹ ਮੈਲ ਤੋਂ ਰਹਿਤ ਹੋ ਜਾਂਦਾ। ਪਰ ਇਸ 'ਤੇ ਕਾਬੂ ਪਾਉਣਾ ਮੁਸ਼ਕਲ ਬੜਾ ਹੈ। ਪਾਤਸ਼ਾਹ ਨੇ ਫਰਮਾਇਆ ਮਾਤ ਪਿਤਾ ਬਨਤਾ ਸੁਧ ਬੰਦਬ, ਇਸ਼ਟਮ ਹੀ ਤੇ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨ ਸਹਾਈ। ਇਹ ਮਨੁੱਖ ਇਹਨਾਂ ਚੱਕਰਾਂ ਵਿੱਚ ਫਸਿਆ ਹੋਇਆ, ਪਰ ਇਹਨੂੰ ਪਤਾ ਨਹੀਂ ਮੇਰਾ ਅਸਲ ਮਿੱਤਰ ਕੌਣ ਹੈ। ਗੱਲ ਕੀ, ਗੁਰਦੇਵ ਫਰਮਾਉਂਦੇ ਨੇ ਜੋ ਇਸ ਮਾਰੇ ਸੋਈ ਸੂਰਾ, ਬਈ ਉਹ ਬਹੁਤ ਬੜਾ ਸੂਰਮਾ ਹੈ ਜਿਹੜਾ ਇਸ ਮੇਰ ਤੇਰ ਨੂੰ ਖਤਮ ਕਰ। ਜੋ ਇਸ ਮਾਰੇ ਸੋਈ ਪੂਰਾ, ਜਿਹੜਾ ਇਸ ਦੁਬਿਧਾ ਨੂੰ ਖਤਮ ਕਰ ਲਵੇ ਉਹ ਪੂਰਾ ਮੁਕੰਮਲ ਇਨਸਾਨ ਹੈ। ਜੋ ਇਸ ਮਾਰੇ ਤਿਸੈ ਵਡਿਆਈ, ਜਿਹੜਾ ਇਸ ਦੁਬਿਧਾ ਨੂੰ ਖਤਮ ਕਰ ਲਵੇ ਤਿਸੈ ਵਡਿਆਈ, ਉਹਦੀ ਹਰ ਪਾਸੇ ਜੈ ਜੈਕਾਰ। ਜੋ ਇਸ ਮਾਰੇ ਤਿਸਕਾ ਦੁੱਖ ਜਾਈ, ਅਤੇ ਜਿਹੜਾ ਇਸ ਦੁਬਿਧਾ ਨੂੰ ਮੇਰ ਤੇਰ ਨੂੰ ਖਤਮ ਕਰ ਲੈਂਦਾ ਉਹਦੇ ਸਾਰੇ ਦੁੱਖ ਕੱਟੇ ਜਾਂਦੇ, ਭਾਵ ਉਹਦਾ ਦੁੱਖ ਦੂਰ ਹੋ ਜਾਂਦਾ। ਫਿਰ ਕਹਿੰਦੇ ਐਸਾ ਕੋਈ ਜੇ ਦੁਬਿਧਾ ਮਾਰ ਗਵਾਵੇ, ਇਹੋ ਜਿਹਾ ਕੋਈ ਵਿਰਲਾ ਹੈ ਜਿਹੜਾ ਆਪਣੇ ਅੰਦਰੋਂ ਮੇਰ ਤੇਰ ਨੂੰ ਮਾਰ ਕੇ ਗਵਾ ਦੇਵੇ, ਅਤੇ ਇਸੇ ਮਾਰ ਰਾਜ ਜੋ ਕਮਾਵੇ, ਇਸ ਦੁਬਿਧਾ ਨੂੰ ਖਤਮ ਕਰਕੇ ਉਹ ਰਾਜ ਅਤੇ ਜੋਗ ਨੂੰ ਕਮਾ ਸਕਣ। ਰਹਾਉ ਜੋ ਇਸ ਮਾਰੇ ਤਿਸ ਕਹੋ ਪਹੁ ਨਾਹੀਂ, ਜਿਹਦੇ ਅੰਦਰੋਂ ਮੇਰ ਤੇਰ ਮੁੱਕ ਗਈ ਉਹਦੇ ਅੰਦਰ ਫਿਰ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ। ਦੇਖੋ ਅਸੀਂ ਭਾਈ ਕਨ੍ਹੱਈਆ ਜੀ ਦੇ ਜੀਵਨ ਦਾ ਆਮ ਤੌਰ 'ਤੇ ਜ਼ਿਕਰ ਕਰਦੇ ਔਰ ਉਹਨਾਂ ਦੀ ਕਮਾਈ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਮੰਨਿਆ, ਕਮਾਇਆ ਔਰ ਉਸ ਭਿਆਨਕ ਜੰਗ ਦੇ ਅੰਦਰ ਜਿੱਥੇ ਗੋਲੀਆਂ ਚੱਲ ਰਹੀਆਂ ਨੇ, ਤੀਰ ਬਰਸ ਰਹੇ ਨੇ, ਪਰ ਉਹ ਇਸ ਮੇਰ ਤੇਰ ਨੂੰ ਦੂਰ ਕਰਕੇ
ਸਭਨਾਂ ਦੇ ਮੂੰਹ ਵਿੱਚ ਪਾਣੀ ਪਾ ਰਹੇ ਹਨ। ਉਹ ਕਿਤਨੇ ਨਿਰਭੈ ਹਨ, ਉਹਨਾਂ ਗੋਲੀਆਂ ਦਾ, ਉਹਨਾਂ ਤੀਰਾਂ ਦਾ ਉਹਨਾਂ ਨੂੰ ਕੋਈ ਡਰ ਨਹੀਂ। ਜੋ ਇਸ ਮਾਰੇ ਤਿਸ ਕੋ ਭਉ ਨਾਹੀਂ, ਜੋ ਇਸ ਮਾਰੇ ਸੋ ਨਾਮ ਸਮਾਹੀਂ। ਜੋ ਇਸ ਦੁਬਦਾ ਨੂੰ ਮਾਰ ਲਵੇ ਸੋ ਨਾਮ ਸਮਾਹੇ। ਨਾਮ ਦੇ ਮੰਮੇ ਨੂੰ ਸਿਆਰੀ ਹੈ, ਉਹ ਨਾਮ ਵਿੱਚ ਸਮਾ ਜਾਏਗਾ, ਇੱਕਮਿਕ ਹੋ ਜਾਏਗਾ। ਹੁਣ ਇੱਥੇ ਇਸ ਸ਼ਬਦ ਦੇ ਅੰਦਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਸੋ ਸੱਸੇ ਨੂੰ ਹੋੜੇ ਵਾਲਾ ਵੀ ਹੈ ਅਤੇ ਸੋ ਸੱਸੇ ਨੂੰ ਔਂਕੜ ਵਾਲਾ ਵੀ। ਇਸ ਲਈ ਇਹਦਾ ਉਚਾਰਨ ਆਪਾਂ ਨੇ ਧਿਆਨ ਨਾਲ ਕਰਨਾ। ਜਿੱਥੇ ਹੋੜਾ ਉੱਥੇ ਸੋ ਬੋਲਣਾ, ਜਿੱਥੇ ਸੱਸੇ ਨੂੰ ਔਂਕੜ ਉੱਥੇ ਸੋ ਬੋਲਣਾ। ਭਾਵ ਉਸਨੂੰ ਹੋੜੇ ਦਾ ਰੂਪ ਨਹੀਂ ਦੇਣਾ। ਜੋ ਇਸ ਮਾਰੇ ਤਿਸ ਕੋ ਪੋ ਨਾਹੀਂ, ਜੋ ਇਸ ਮਾਰੇ ਸੋ ਨਾਮ ਸਮਾਹੀਂ। ਜੋ ਇਸ ਮਾਰੇ ਤਿਸ ਕੀ ਤਿਸ ਨਾ ਬੁਝੈ। ਕਿਉਂਕਿ ਮਨੁੱਖ ਆਮ ਤੌਰ 'ਤੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਦੁਸ਼ਮਣੀਆਂ ਲੈਂਦਾ ਹੈ, ਲੋਕਾਂ ਨਾਲ ਝਗੜੇ ਕਰਦਾ ਹੈ, ਕਿਸੇ ਕੋਲ ਵੱਧ ਚਲੀ ਗਈ, ਕਿਸੇ ਕੋਲ ਘੱਟ ਚਲੀ ਦਾ ਝਗੜਾ ਕਰਦਾ। ਪਰ ਪਾਤਸ਼ਾਹ ਕਹਿੰਦੇ ਜਿਸ ਉੱਤੇ ਕਿਰਪਾ ਹੋ ਜਾਏ, ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ, ਉਹ ਸੰਤੁਸ਼ਟ ਹੋ ਜਾਂਦਾ। ਉਹ ਦੂਜਿਆਂ ਦੇ ਬਹੁਤੇ ਪਦਾਰਥਾਂ ਅਤੇ ਸੁੱਖਾਂ ਨੂੰ ਵੇਖ ਕੇ ਕਦੇ ਦੁਖੀ ਨਹੀਂ ਹੁੰਦਾ। ਜੋ ਇਸ ਮਾਰੇ ਸੋ ਦਰਗਾਹ ਸਿਜੈ। ਜਿਹੜਾ ਇਸ ਦੁਬਦਾ ਨੂੰ ਮਾਰ ਲਵੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਸਿਜੈ, ਸਫਲ ਹੋ ਜਾਂਦਾ, ਕਾਮਯਾਬ ਹੋ ਜਾਂਦਾ, ਪ੍ਰਵਾਨ ਹੋ ਜਾਂਦਾ। ਜੋ ਇਸ ਮਾਰੇ ਸੋ ਧਨਵੰਤਾ। ਉਹ ਵੱਡਾ ਧਨਵਾਨ ਹੈ। ਭਾਵ ਉਹਦੇ ਅੰਦਰ ਕਿਸੇ ਦੂਜੇ ਦੀ ਵਸਤੂ ਵੱਲ ਦ੍ਰਿਸ਼ਟੀ ਨਹੀਂ ਜਾਂਦੀ, ਉਹ ਆਨੰਦ ਵਿੱਚ ਹੈ। ਤੋ ਜੋ ਇਸ ਮਾਰੇ ਤੋ ਪਤਵੰਤਾ। ਜਿਹੜਾ ਇਸ ਦੁਬਦਾ ਨੂੰ ਮੇਰ ਤੇਰ ਨੂੰ ਖਤਮ ਕਰ ਲਵੇ ਉਹ ਪਤਵੰਤਾ। ਹੁਣ ਦੇਖੀ ਉੱਥੇ ਸੱਸੇ ਨੂੰ ਹੋੜਾ, ਇਹਨੂੰ ਆਪਾਂ ਨੇ ਸੋ ਬੋਲਣਾ, ਪਰ ਜਿੱਥੇ ਸੱਸੇ ਨੂੰ ਔਂਕੜ ਹੋਵੇ ਉੱਥੇ ਉਹਨੂੰ ਸੋ ਬੋਲਣਾ। ਜੋ ਇਸ ਮਾਰੇ ਸੋ ਧਨਵੰਤਾ, ਜੋ ਇਸ ਮਾਰੇ ਸੋ ਪਤਵੰਤਾ। ਜੋ ਇਸ ਮਾਰੇ ਸੋਈ ਜਤੀ। ਜਤੀ ਦਾ ਮਤਲਬ ਹੈ ਜਿਸਨੇ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕਰ ਲਿਆ। ਤੋ ਜੋ ਇਸ ਮਾਰੇ ਤਿਸ ਹੋਵੇ ਗਤੀ। ਜਿਹੜਾ ਇਸ ਦੁਬਦਾ ਨੂੰ ਖਤਮ ਕਰ ਲਵੇਗਾ ਉਹਦੀ ਗਤੀ ਕਲਿਆਣ ਹੋ ਜਾਏਗੀ, ਉਹਦੀ ਉੱਚੀ ਅਵਸਥਾ ਹੋ ਜਾਏਗੀ। ਜੋ ਇਸ ਮਾਰੇ ਤਿਸਕਾ ਆਇਆ ਗਨੀ। ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਇਸ ਦੁਬਦਾ ਨੂੰ ਮਾਰ ਲਵੇ, ਜਿਹੜਾ ਇਸ ਮੇਰ ਤੇਰ ਨੂੰ ਖਤਮ ਕਰ ਲਵੇ, ਉਹਦਾ ਸੰਸਾਰ 'ਤੇ ਆਉਣਾ ਗਿਣਿਆ ਜਾਏਗਾ। ਭਾਵ ਉਹ ਕਾਮਯਾਬ ਮਨੁੱਖ ਹੋਵੇਗਾ। ਤੋ ਜੋ ਇਸ ਮਾਰੇ ਸੋ ਨੇਚਲ ਧਨੀ। ਉਹ ਐਸਾ ਧਨਵਾਨ ਬਣੇਗਾ ਕਿ ਉਸ ਦਾ ਧਨ ਕਦੇ ਗੁਆਚੇਗਾ ਨਹੀਂ, ਉਸ ਦੀ ਸਦਾ ਹੀ ਸੋਭਾ 'ਤੇ ਜੈ ਜੈਕਾਰ ਹੋਵੇਗੀ। ਜੋ ਇਸ ਮਾਰੇ ਸੋ ਵੱਡ ਭਾਗਾ। ਜਿਹੜਾ ਇਸ ਮੇਰ ਤੇਰ ਨੂੰ ਮੁਕਾ ਲਵੇ ਉਹ ਵੱਡੇ ਭਾਗਾਂ ਵਾਲਾ। ਜੋ ਇਸ ਮਾਰੇ ਸੋ ਅਨ ਦਿਨ ਜਾਗਾ। ਉਹ ਦਿਨ ਰਾਤੀ ਜਾਗਦਾ, ਹੋਸ਼ ਵਿੱਚ ਰਹਿੰਦਾ, ਉਹ ਕਦੇ ਬੇਹੋਸ਼ ਨਹੀਂ ਹੁੰਦਾ। ਆਮ ਤੌਰ 'ਤੇ ਵੇਖਣ ਵਿੱਚ ਆਉਂਦਾ ਕਿ ਮਨੁੱਖ ਜਦੋਂ ਮੇਰ ਤੇਰ ਦੇ ਚੱਕਰ ਵਿੱਚ ਪੈਂਦਾ ਫਿਰ ਇਹ ਸੌਂ ਜਾਂਦਾ, ਔਰ ਫਿਰ ਇਹ ਦੂਜਿਆਂ ਦੀਆਂ ਵਸਤੂਆਂ 'ਤੇ ਵੀ ਆਪਣਾ ਹੱਕ ਜਮਾਉਣ ਲੱਗ ਪੈਂਦਾ। ਜੇ ਸਾਰਾ ਸੰਸਾਰ ਸੰਤੋਖ ਵਿੱਚ ਆ ਜਾਏ, ਕੋਈ ਝਗੜਾ ਹੀ ਨਹੀਂ ਹੈਗਾ। ਇਸੇ ਲਈ ਮਹਾਰਾਜ ਨੇ ਕਿਹਾ ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਨਾਮ ਰੰਗ ਸਰਬ ਸੁਖੋ ਹੋਏ, ਵੱਡ ਭਾਗੀ ਕਿਸੇ ਪ੍ਰਾਪਤ ਹੋਏ। ਜੋ ਇਸ ਮਾਰੇ ਸੋ ਵੱਡ ਭਾਗਾ, ਜੋ ਇਸ ਮਾਰੇ ਸੋ ਅਨ ਦਿਨ ਜਾਗਾ। ਜੋ ਇਸ ਮਾਰੇ ਸੋ ਜੀਵਨ ਮੁਕਤਾ। ਉਹ ਜਿਉਂਦਿਆਂ ਹੀ ਵਿਕਾਰਾਂ ਤੋਂ, ਭੈੜੇ ਵਿਚਾਰਾਂ ਤੋਂ ਮੁਕਤ ਹੋ ਜਾਂਦੇ। ਜੋ ਇਸ ਮਾਰੇ ਤਿਸ ਕੀ ਨਿਰਮਲ ਯੁਗਤਾ।
ਜਿਹੜਾ ਇਸ ਦੁਬਿਧਾ ਨੂੰ ਮੇਰ ਤੇਰ ਨੂੰ ਖਤਮ ਕਰ ਲਵੇ, ਉਹਦੀ ਜੀਵਨ ਦੀ ਜਿਹੜੀ ਜੁਗਤ ਹੈ, ਤਰੀਕਾ ਹੈ, ਢੰਗ ਹੈ, ਮੈਥਡ, ਉਹ ਨਿਰਮਲ ਹੋ ਜਾਂਦਾ। ਭਗਤ ਫਰੀਦ ਜੀ ਨੇ ਬੜਾ ਸੁੰਦਰ ਕਿਹਾ, ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਉਂ ਤਿੰਨ ਤਨ ਰਤ ਨਾ ਹੋਏ। ਹੁਣ ਆਮ ਬੰਦਾ ਇਸ ਗੱਲ ਨੂੰ ਸਮਝਣ ਤੋਂ ਅਸਮਰਥ ਹੈ, ਕਿਉਂਕਿ ਅੱਜ ਲੋਕਾਂ ਨੂੰ ਵਾਲ ਦੀ ਖਲ ਲਾਉਣ ਦੀ ਆਦਤ, ਇਹ ਕਿਵੇਂ ਹੋ ਸਕਦਾ? ਪਰ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਨਾਲ ਹੀ ਆਪਣਾ ਸਲੋਕ ਲਿਖਤਾ, ਆਖਿਆ ਫਰੀਦਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਤਨ ਰਤੇ ਰੱਬ ਸਿਉਂ ਤਿੰਨ ਤਨ ਲੋਭ ਰਤ ਨਾ ਹੋਏ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਡਰ ਆ ਜਾਂਦਾ, ਉਹਨਾਂ ਦੇ ਅੰਦਰੋਂ ਲੋਭ ਦੀ ਰਤ ਖਤਮ ਹੋ ਜਾਂਦੀ। ਕਿਵੇਂ? ਫਿਰ ਉਸਨੂੰ ਚੰਗੀ ਤਰ੍ਹਾਂ ਸਮਝਾਇਆ, ਆਖਿਆ ਜੋ ਤਨ ਰਤੇ ਰੱਬ ਸਿਉਂ ਤਿੰਨ ਤਨ ਲੋਭ ਰਤ ਨਾ ਹੋਏ, ਪੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ, ਨਾਨਕ ਤੇਜਨ ਸੋਹਣੇ ਜੇ ਰਤੇ ਹਰ ਰੰਗ ਲਾਏ। ਆਖਿਆ ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਜਿਸਕੀ ਨਿਰਮਲ ਜੁਗਤਾ, ਜੋ ਇਸ ਮਾਰੇ ਸੋਈ ਸੁਗਿਆਨੀ। ਦੇਖੋ ਗਿਆਨੀ ਕਈ ਤਰ੍ਹਾਂ ਦੇ ਹਨ, ਜਿਹਨੂੰ ਵੀ ਕੋਈ ਗਿਆਨ ਹੈ ਉਹ ਕਹਿੰਦਾ ਮੈਂ ਗਿਆਨੀ। ਪਰ ਮਹਾਰਾਜ ਨੇ ਗਿਆਨੀਆਂ ਦੀ ਵੀ ਦੋ ਕੈਟਾਗਰੀਆਂ ਬਣਾ ਦਿੱਤੀਆਂ, ਸੁਗਿਆਨੀ ਸ੍ਰੇਸ਼ਟ ਗਿਆਨ ਦਾ ਮਾਲਕ, ਜੋ ਇਸ ਮਾਰੇ ਸੋਈ ਤੋ ਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ। ਜਿਹੜਾ ਆਪਣੇ ਅੰਦਰੋਂ ਮੇਰ ਤੇਰ ਨੂੰ ਖਤਮ ਕਰ ਲੈਂਦਾ, ਉਹ ਸਹਿਜੇ ਹੀ ਧਿਆਨ ਵਿੱਚ ਜੁੜ ਜਾਂਦਾ, ਉਹਨੂੰ ਫਿਰ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਜਿਵੇਂ ਭਗਤ ਕਬੀਰ ਜੀ 'ਤੇ ਕਿਰਪਾ ਹੋਈ, ਉਹਨਾਂ ਦਾ ਆਪਣਾ ਭਰਮ ਭੁਲੇਖਾ ਦੂਰ ਹੋਇਆ, ਅਤੇ ਉਹਨਾਂ ਨੇ ਆਖਿਆ ਲੋਕਾ ਭਰਮ ਨਾ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਵਠਾਈ। ਹੁਣ ਉਹਨਾਂ ਨੂੰ ਸਾਰਿਆਂ ਵਿੱਚੋਂ ਰੱਬ ਨਜ਼ਰ ਆਉਂਦਾ, ਜੋ ਇਸ ਮਾਰੇ ਸੋਈ ਤੋਂ ਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ। ਇਸ ਮਾਰੀ ਬਿਨ ਥਾਏ ਨਾ ਪਰੈ। ਹੁਣ ਪਾਤਸ਼ਾਹ ਕਹਿੰਦੇ ਦੇਖੋ ਲੋਕ ਜਪ ਵੀ ਕਰਦੇ ਨੇ, ਤਪ ਵੀ ਕਰਦੇ ਨੇ, ਭਜਨ ਵੀ ਕਰਦੇ ਨੇ, ਪਾਠ ਵੀ ਕਰਦੇ ਨੇ, ਪਰ ਜਿਹੜੀ ਮੇਰ ਤੇਰ ਹੈ ਇਹ ਨਹੀਂ ਖਤਮ ਹੁੰਦੀ। ਅਤੇ ਇਸ ਮਾਰੀ ਬਿਨ ਥਾਏ ਨਾ ਪਰੈ, ਇਸ ਮੇਰ ਤੇਰ ਨੂੰ ਖਤਮ ਕੀਤੇ ਤੋਂ ਬਿਨਾਂ ਸਾਡਾ ਕੀਤਾ ਹੋਇਆ ਕੋਈ ਵੀ ਧਰਮ ਕਰਮ ਥਾਏ ਨਹੀਂ ਪੈਂਦਾ। ਕੋਟ ਕਰਮ ਜਾਪ ਤਪ ਕਰੈ, ਇੱਥੇ ਹੁਣ ਕੋਟ ਦੇ ਟੈਂਕੇ ਨੂੰ ਸਿਹਾਰੀ ਹੈ, ਭਾਵੇਂ ਕਰੋੜਾਂ ਹੀ ਕਰਮ ਧਰਮ ਜਪ ਤਪ ਕਰ ਲਵੇ, ਉਹਦੇ ਪ੍ਰਵਾਨ ਨਹੀਂ ਚੜ੍ਹਦੇ, ਕਿਉਂਕਿ ਉਹਦੇ ਅੰਦਰ ਮੇਰ ਤੇਰ ਹੈ। ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮੇਰ ਤੇਰ ਨੂੰ ਖਤਮ ਕੀਤੇ ਤੋਂ ਬਿਨਾਂ ਇਹ ਜਿਹੜਾ ਜਨਮ ਆਉਣ ਜਾਣ ਦਾ ਚੱਕਰ ਹੈ ਨਹੀਂ ਮੁੱਕਦਾ। ਇਸ ਮਾਰੀ ਬਿਨ ਜੰਮ ਤੇ ਨਹੀਂ ਛੁੱਟੈ, ਇਸ ਮੇਰ ਤੇਰ ਨੂੰ ਖਤਮ ਕੀਤੇ ਤੋਂ ਬਿਨਾਂ ਜਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਭਾਵ ਮਨੁੱਖ ਇਹਦੇ ਅਧੀਨ ਹੋ ਕੇ ਕਈ ਤਰ੍ਹਾਂ ਦੇ ਕੁਕਰਮ ਕਰ ਬੈਠਦਾ, ਦੂਜਿਆਂ ਦੀਆਂ ਚੀਜ਼ਾਂ 'ਤੇ ਹੱਕ ਰੱਖਦਾ, ਉਹਨਾਂ ਨੂੰ ਛਲਣ ਵਾਸਤੇ, ਉਹਨਾਂ ਨੂੰ ਠੱਗਣ ਵਾਸਤੇ ਪਤਾ ਨਹੀਂ ਕੀ ਕਰਤੂਤਾਂ ਕਰਦਾ। ਫਿਰ ਮਹਾਰਾਜ ਕਹਿੰਦੇ ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜੰਮ ਤੇ ਨਹੀਂ ਛੁੱਟੈ, ਇਸ ਮਾਰੀ ਬਿਨ ਗਿਆਨ ਨਾ ਹੋਈ। ਇਸ ਦੁਬਿਧਾ ਨੂੰ ਮੇਰ ਤੇਰ ਨੂੰ ਖਤਮ ਕੀਤੇ ਤੋਂ ਬਿਨਾਂ ਮਨੁੱਖ ਨੂੰ ਅਸਲੀਅਤ ਦਾ ਗਿਆਨ ਨਹੀਂ ਹੋ ਸਕਦਾ। ਇਸ ਮਾਰੀ ਬਿਨ ਝੂਠ ਨਾ ਧੋਈ, ਇਸ ਮੇਰ ਤੇਰ ਨੂੰ ਖਤਮ ਕੀਤੇ ਤੋਂ ਬਿਨਾਂ ਅੰਦਰ ਲੱਗੀ ਹੋਈ ਜਿਹੜੀ ਝੂਠ ਹੈ ਉਹ ਧੋਤੀ ਨਹੀਂ ਜਾ ਸਕਦੀ।
ਇਸੇ ਲਈ ਪਾਤਸ਼ਾਹ ਕਹਿੰਦੇ ਪਿਆਰਿਓ, ਭਾਵੇਂ ਕੋਈ ਤੀਰਥਾਂ ਦੇ ਕਿੰਨਾ ਇਸ਼ਨਾਨ ਕਰ ਲਵੇ, ਜਿਹੜੀ ਅੰਦਰ ਲੱਗੀ ਮੈਲ ਹੈ ਨਾ, ਉਹ ਬਾਹਰਲੇ ਇਸ਼ਨਾਨ ਨਾਲ ਦੂਰ ਨਹੀਂ ਹੁੰਦੀ। ਉਹਨੂੰ ਦੂਰ ਕਰਨ ਵਾਸਤੇ ਮਨ ਦੇ ਅੰਦਰੋਂ ਇਹ ਕਦੂਰਤ ਕੱਢਣੀ ਪਵੇਗੀ। ਇਸ ਮਾਰੀ ਬਿਨ ਗਿਆਨ ਨਾ ਹੋਈ, ਇਸ ਮਾਰੀ ਬਿਨ ਝੂਠ ਨਾ ਧੋਈ, ਇਸ ਮਾਰੀ ਬਿਨ ਸਭ ਕੁਛ ਮੈਲਾ, ਇਸ ਮੇਰ ਤੇਰ ਨੂੰ ਖਤਮ ਕੀਤੇ ਤੋਂ ਬਿਨਾਂ ਮਨੁੱਖ ਦੇ ਸਾਰੇ ਕਰਮ, ਸਾਰੇ ਧਰਮ, ਸਾਰੇ ਵਿਚਾਰ ਮੈਲੇ ਹਨ, ਅਤੇ ਇਸ ਮਾਰੀ ਬਿਨ ਸਭ ਕੁਛ ਜੌਲਾ। ਇਸ ਮੇਰ ਤੇਰ ਨੂੰ ਖਤਮ ਕੀਤੇ ਤੋਂ ਬਿਨਾਂ ਇਹ ਸਭ ਤੋਂ ਵੱਖਰਾ ਹੈ। ਜੌਲਾ ਦਾ ਮਤਲਬ ਹੈ ਇਸ ਦਾ ਲੋਕਾਂ ਨਾਲ ਸੰਬੰਧ ਨਹੀਂ ਬਣਦਾ, ਪਿਆਰ ਨਹੀਂ ਬਣਦਾ, ਇਹ ਲੋਕਾਂ ਤੋਂ ਵੱਖਰਾ ਵੱਖਰਾ ਹੀ ਰਹਿੰਦਾ। ਫਿਰ ਅਖੀਰ 'ਚ ਮਹਾਰਾਜ ਕਹਿੰਦੇ ਪਿਆਰਿਓ, ਜਾ ਕੋ ਭਏ ਕਿਰਪਾਲ ਕਿਰਪਾ ਨਿਧ। ਜਿਸ ਪ੍ਰਾਣੀ ਉੱਤੇ ਉਹ ਕਿਰਪਾ ਦਾ ਘਰ ਪਰਮਾਤਮਾ, ਉਹ ਕਿਰਪਾ ਨਿਧ ਖਜ਼ਾਨਾ ਜੇ ਦਿਆਲ ਹੋ ਗਿਆ, ਜਿਸ ਭਈ ਖਲਾਸੀ ਹੋਈ ਸਗਲ ਸਿੱਧ, ਉਹਦੀ ਖਲਾਸੀ ਹੋ ਗਈ, ਉਹ ਇਸ ਮੇਰ ਤੇਰ ਤੋਂ ਬਚ ਗਿਆ, ਉਹ ਫਿਰ ਸਰਬੱਤ ਦਾ ਭਲਾ ਕਹਿੰਦਾ ਨਹੀਂ, ਕਰਦਾ ਵੀ ਹੈ। ਦੇਖੋ ਅੱਜ ਖਾਲਸਾ ਏਡ ਦਾ ਕਿਤਨਾ ਨਾਮ ਹੈ, ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਦੀ ਸਮਝ ਆ ਗਈ ਹੈ। ਦੁਨੀਆਂ ਦੇ ਕਿਸੇ ਕੋਨੇ ਵਿੱਚ ਮਨੁੱਖਾਂ ਉੱਤੇ ਕੋਈ ਭੀੜਾ ਬਣਦੀ ਹੈ, ਖਾਲਸਾ ਏਡ ਗੁਰੂ ਦੇ ਦਿੱਤੇ ਹੋਏ ਉਸ ਸਿਧਾਂਤ ਨੂੰ ਮੁੱਖ ਰੱਖ ਕੇ, ਬਿਨਾਂ ਕਿਸੇ ਮਜ਼ਬੋ ਮਿਲਤ ਦੀ ਵਿਚਾਰ ਕੀਤੇ ਤੋਂ ਉੱਥੇ ਪਹੁੰਚ ਜਾਂਦਾ। ਧੰਨ ਹਨ ਉਹ ਗੁਰਸਿੱਖ ਜਿਹੜੇ ਇਸ ਤਰ੍ਹਾਂ ਦੀ ਘਾਲ ਕਮਾਈ ਕਰਕੇ ਆਪਣੇ ਦਸਵੰਧ ਵਿੱਚੋਂ ਲੋੜਵੰਦਾਂ ਦੀ ਸੇਵਾ ਕਰਦੇ ਨੇ ਔਰ ਗੁਰੂ ਬਾਬੇ ਦੀ ਜੈ ਜੈਕਾਰ ਕਰਾ ਰਹੇ ਨੇ। ਇਹ ਸਮਝਣਾ ਚਾਹੀਦਾ ਕਿ ਉਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ। ਜਾਕੋ ਭਏ ਕਿਰਪਾਲ ਕਿਰਪਾ ਨਿਧ, ਤਿਸ ਭਈ ਖਲਾਸੀ ਹੋਈ ਸਗਲ ਸਿੱਧ। ਉਹਨਾਂ ਨੂੰ ਹਰ ਜਗ੍ਹਾ 'ਤੇ ਕਾਮਯਾਬੀ ਸਫਲਤਾ ਮਿਲਦੀ। ਗੁਰ ਦੁਬਦਾ ਜਾ ਕੀ ਹੈ ਮਾਰੀ, ਇੱਥੇ ਗੁਰ ਦੇ ਰਾਰੇ ਨੂੰ ਸਿਹਾਰੀ ਹੈ। ਗੁਰੂ ਨੇ ਕਿਰਪਾ ਕਰਕੇ ਆਪਣੀ ਸ਼ੁਭ ਮਤ ਦਿੱਤੀ ਅਤੇ ਜਿਨ੍ਹਾਂ ਦੇ ਅੰਦਰੋਂ ਇਹ ਮੇਰ ਤੇਰ ਖਤਮ ਕਰ ਦਿੱਤੀ। ਕਹੋ ਨਾਨਕ ਸੋ ਬ੍ਰਹਮ ਵਿਚਾਰੀ, ਨਾਨਕ ਜੀ ਫਰਮਾਉਂਦੇ ਹਨ ਉਹ ਬ੍ਰਹਮ ਦੀ ਵਿਚਾਰ ਕਰਦੇ ਹਨ। ਉਹਨਾਂ ਨੂੰ ਫਿਰ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ, ਆਤਮ ਪਸਾਰਾ ਕਰਨ ਹਾਰਾ, ਬ੍ਰਹਮ ਬਿਨਾਂ ਨਹੀਂ ਜਾਣੀ। ਉਹਨਾਂ ਨੂੰ ਸਾਰੀ ਜਗ੍ਹਾ 'ਤੇ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਗੁਰ ਦੁਬਦਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਤੋ ਮਹਾਰਾਜ ਨੇ ਇਸੇ ਲਈ ਕਿਹਾ ਕਿ ਐਸਾ ਕੋਏ ਜੇ ਦੁਬਦਾ ਮਾਰ ਗਵਾਵੇ, ਇਸੈ ਮਾਰ ਰਾਜ ਜੋ ਕਮਾਵੇ। ਆਓ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਐਸੀ ਸੁਮਤ ਬਖਸ਼ਣ, ਅਸੀਂ ਮੇਰ ਤੇਰ ਤੋਂ ਬਿਨਾਂ ਹੋ ਕੇ ਮਨੁੱਖਤਾ ਦੀ ਸੇਵਾ ਵੀ ਕਰੀਏ ਔਰ ਗੁਰੂ ਆਸ਼ੇ ਮੁਤਾਬਕ ਚੱਲ ਕੇ ਆਪਣਾ ਜੀਵਨ ਸਫਲ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।